ਕਟਕਪੂਰਾ ਦੀ ਮੁਕਤਸਰ ਸੜਕ ਤੇ ਸਮਰਾਟ ਚੁਆਇਸ ਨਾਂ ਦੇ ਰੈਡੀਮੇਡ ਸ਼ੋਰੂਮ ਤੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਨਜਾਇਜ਼ ਰੂਪ ਵਿੱਚ ਰੱਖੀ ਸ਼ਰਾਬ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਲਗਭਗ 4 ਘੰਟਿਆਂ ਤੋਂ ਚੱਲ ਰਹੀ ਜਾਂਚ ਦਾ ਕੰਮ ਖਬਰ ਲਿਖੇ ਜਾਣ ਤੱਕ ਜਾਰੀ ਸੀ ਅਤੇ ਐਕਸਾਈਜ਼ ਵਿਭਾਗ ਵੱਲੋਂ ਕੁਝ ਸਮੇਂ ਬਾਅਦ ਨਵੇਂ ਤੋਂ ਨਵਾਂ ਖੁਲਾਸਾ ਵੀ ਕੀਤਾ ਜਾ ਰਿਹਾ ਸੀ। ETO ਸਤੀਸ਼ ਗੋਇਲ ਨੇ ਦੱਸਿਆ ਕਿ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਉਹ ਉਕਤ ਬੰਦ ਪਏ ਸ਼ੋਰੂਮ ਦੇ ਉੱਪਰੋਂ ਅੰਦਰ ਦਾਖਲ ਹੋ ਤਾਂ ਦੇਖ ਕੇ ਹੈਰਾਨੀ ਹੋਣੀ ਸੁਭਾਵਿਕ ਸੀ ਕਿਉਂਕਿ ਸ਼ੋਰੂਮ ਦੇ ਅੰਦਰ ਰੈਡੀਮੇਡ ਕੱਪੜਿਆਂ ਦੇ ਨਾਲ ਨਾਲ ਨਜਾਇਜ਼ ਸ਼ਰਾਬ ਦਾ ਧੰਦਾ ਵੀ ਵੱਡੀ ਪੱਧਰ ਤੇ ਚਲਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਅੰਦਰੋਂ ਨਕਲੀ ਸ਼ਰਾਬ ਬਰਾਮਦ ਹੋ ਜੋ ਮਹਿੰਗੇ ਬ੍ਰਾਂਡ ਵਾਲੀਆਂ ਬੋਤਲਾਂ ਵਿੱਚ ਭਰ ਕੇ ਵੇਚੀ ਜਾ ਰਹੀ ਸੀ ਕਿਉਂਕਿ ਉੱਤੋਂ ਖਾਲੀ ਬੋਤਲਾਂ ਢੱਕਣ ਸ਼ੀਲਾ ਨਸ਼ੀਲੀਆਂ ਗੋਲੀਆਂ ਸਮੇਤ ਹੋਰ ਵੀ ਬਹੁਤ ਕੁਝ ਅਜਿਹਾ ਸਮਾਨ ਬਰਾਮਦ ਹੋ ਰਿਹਾ ਹੈ ਜਿਸ ਦੀ ਜਾਂਚ ਕਰਨ ਤੇ ਹਜੇ ਹੋਰ ਸਮਾਂ ਲੱਗੇਗਾ। ਉਹਨਾਂ ਪੁਲਿਸ ਨੂੰ ਇੱਕ ਰਿਵੋਲਵਰ ਦਾ ਕਵਰ ਵੀ ਸੌਂਪਿਆ ਜਿਸ ਵਿੱਚ 6 ਜਿੰਦਾ ਕਾਰਤੂਸ ਵੀ ਸਨ। ਉਹਨਾਂ ਆਖਿਆ ਕਿ ਹਜੇ ਪੂਰੀ ਜਾਂਚ ਕੀਤੇ ਬਿਨਾਂ ਬੋਤਲਾਂ ਅਤੇ ਹੋਰ ਸਮਾਨ ਦੀ ਸਹੀ ਗਿਣਤੀ ਦੱਸ ਪਾਉਣੀ ਬੜੀ ਮੁਸ਼ਕਲ ਜਾਪਦੀ ਹੈ। ਮੌਕੇ 'ਤੇ ਪੁੱਜੇ ਬਲਕਾਰ ਸਿੰਘ ਸੰਧੂ DSP ਕੋਟਕਪੂਰਾ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ੋਰੂਮ ਦੇ ਮਾਲਕ ਲਵਲੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਲਵਲੀ ਆਪਣੇ ਪਰਿਵਾਰ ਸਮੇਤ ਸ਼ੋਰੂਮ ਦੇ ਪਿਛਲੇ ਪਾਸੇ ਹੀ ਰਹਿੰਦਾ ਹੈ ਪਰ ਛਾਪੇਮਾਰੀ ਮੌਕੇ ਸਾਰਾ ਪਰਿਵਾਰ ਉੱਥੋਂ ਗੈਰ ਹਾਜ਼ਰ ਪਾਇਆ ਗਿਆ। ਕੋਟਕਪੂਰਾ ਤੋਂ ਪੱਤਰਕਾਰ ਗੁਰਵੀਰ ਸਿੰਘ ਮਹਿਤਾ ਦੀ ਰਿਪੋਰਟ। ਕੋਟਕਪੂਰੇ ਦੀ ਮੁਕਤਸਰ ਸੜਕ ਤੇ ਮੁਹੱਲਾ ਸੁਰਗਾਪੁਰੀ ਵਿਖੇ ਇੱਕ ਸਮਾਰਟ ਚੁਆਇਸ ਨਾਂ ਦਾ ਸ਼ੋਰੂਮ ਹੈ। ਐਕਸਾਈਜ਼ ਵਿਭਾਗ ਨੂੰ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਉਸ ਰੈਡੀਮੇਡ ਕੱਪੜਿਆਂ ਦੇ ਸ਼ੋਰੂਮ ਦੇ ਅੰਦਰ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ। ਕੱਲ੍ਹ ਕੋਟਕਪੂਰੇ 'ਚ ਇੱਕ ਨੌਜਵਾਨ ਮਹਿਜ਼ 23 ਸਾਲ ਦੀ ਉਮਰ ਦਾ ਗਰੀਬ ਪਰਿਵਾਰ ਦਾ ਲੜਕਾ ਬਜ਼ੁਰਗ ਮਾਪਿਆਂ ਦਾ ਸਹਾਰਾ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਦੀਵੀ ਵਿਛੋੜਾ ਦੇ ਗਿਆ ਸੀ। ਪੁਲਿਸ ਬੜੀ ਸੁਚੇਤ ਸੀ, ਐਕਸਾਈਜ਼ ਵਿਭਾਗ ਬਹੁਤ ਸੁਚੇਤ ਸੀ। ਅੱਜ ਉਹਨਾਂ ਨੇ ਸ਼ੋਰੂਮ ਬਾਹਰੋਂ ਬੰਦ ਪਿਆ ਪਰ ਉੱਪਰਲੇ ਪਾਸੋਂ ਇੱਕ ਜਾਲ ਚੁੱਕ ਕੇ ਛੱਤ ਵਾਲੇ ਪਾਸੋਂ ਦਾਖਲ ਹੁੰਦੀ ਹੈ ਟੀਮ। ਅੰਦਰ ਜਾ ਕੇ ਦੇਖਦੇ ਨੇ ਕਿ ਨਜਾਇਜ਼ ਸ਼ਰਾਬ, ਨਕਲੀ ਸ਼ਰਾਬ ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ 'ਚ ਭਰ ਕੇ ਅਤੇ ਨਜਾਇਜ਼ ਕਾਰੋਬਾਰ ਕੀਤਾ ਜਾ ਰਿਹਾ ਸੀ। ਉਹਨਾਂ ਦਾ ਕਹਿਣਾ ਕਿ 4 ਵਜੇ ਦੀ ਸ਼ੁਰੂ ਹੋਈ ਹੈ, 8 ਵਜੇ ਤੱਕ ਜਾਰੀ ਹੈ ਅਜੇ ਤੱਕ ਉਹ ਜਾਂਚ ਦਾ ਕੰਮ। ਅਜੇ ਸਿਰਫ ਪਰਚਾ ਤਾਂ ਦਰਜ ਕਰ ਰਹੇ ਨੇ, ਲਵਲੀ ਨਾਂ ਦਾ ਕੋਈ ਸ਼ੋਰੂਮ ਦਾ ਮਾਲਕ ਹੈ, ਮਗਰ ਹੀ ਰਹਿਸ਼ ਹੈ ਉਹਦੀ, ਪਰ ਪਰਿਵਾਰ ਦਾ ਕੋਈ ਵੀ ਨਹੀਂ ਮਿਲਿਆ, ਸਾਰੇ ਉੱਥੋਂ ਜਾ ਚੁੱਕੇ ਸੀ। ਹੁਣ ਸਤੀਸ਼ ਕੁਮਾਰ ETO ਅਤੇ ਬਲਕਾਰ ਸਿੰਘ ਸੰਧੂ DSP ਕੋਟਕਪੂਰਾ ਨੇ ਜੋ ਕੁਛ ਕਿਹਾ ਉਹ ਤੁਹਾਨੂੰ ਸੁਣਾ ਦਿੱਤਾ ਅਤੇ ਬਾਕੀ ਉਹ ਕਹਿੰਦੇ ਕੱਲ੍ਹ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਹੋਰ ਬੜੇ ਵੱਡੇ ਖੁਲਾਸੇ ਕਰਾਂਗੇ। ਕੋਟਕਪੂਰਾ ਤੋਂ ਕੈਮਰਾਮੈਨ ਗੁਰਦੀਪ ਸਿੰਘ, ਗੋਲਡਨ ਦੇ ਨਾਲ ਗੁਰਿੰਦਰ ਸਿੰਘ। ਸਰ, ਇਹ ਜੋ ਸ਼ਰਾਬ ਦਾ ਪਕੜਿਆ ਗਿਆ, ਸਰ ਕੀ ਹੈ ਮਾਮਲਾ? ਇਹ ਅੱਜ ਮੁਕਤਸਰ ਰੋਡ ਕੋਟਕਪੂਰਾ ਸਮਾਰਟ ਚੁਆਇਸ ਦੀ ਦੁਕਾਨ ਕੰਮ ਰੈਜੀਡੈਂਸ ਆ, ਇੱਥੋਂ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਸਾਡੇ ਡਿਪਾਰਟਮੈਂਟ ਨੇ ਰੇਡ ਕੀਤਾ ਸੀ। ਰੇਡ ਕਰਨ ਦੇ ਦੌਰਾਨ ਇੱਥੋਂ ਕਾਫੀ ਮਾਤਰਾ ਵਿੱਚ ਸ਼ਰਾਬ, ਖਾਲੀ ਬੋਤਲਾਂ, ਖਾਲੀ ਜਿਹੜੇ ਉਹਨਾਂ ਦੇ ਡੱਬੇ ਜਿਹੜੇ ਢੱਕਣ ਨੇ ਅਤੇ ਹੋਰ ਸਮਾਨ ਮਿਲਿਆ ਜਿਹਦੇ ਬਾਰੇ ਜਿਹੜੀ ਐਕਸਾਈਜ਼ ਡਿਪਾਰਟਮੈਂਟ ਵੱਲੋਂ ਅਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਜਾ ਰਹੀ। ਸਰ, ਕਿਸ ਤਰ੍ਹਾਂ ਲੱਗ ਰਿਹਾ ਵੀ ਬ੍ਰਾਂਡਡ ਬੋਤਲਾਂ ਦੇ ਵਿੱਚ ਨਕਲੀ ਸ਼ਰਾਬ ਪਾਈ ਜਾ ਰਹੀ? ਫਿਲਹਾਲ ਤਾਂ ਐਂ ਲੱਗਦਾ ਕਿ ਜਿਵੇਂ ਮਾੜੀ ਸ਼ਰਾਬ ਜਿਹੜੀ ਆ ਉਹਨੂੰ ਚੰਗੇ ਬ੍ਰਾਂਡਾਂ ਦੇ ਵਿੱਚ ਕਨਵਰਟ ਕਰਕੇ ਅਤੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਨੇ। ਕੀ ਕੀ ਚੀਜ਼ ਮਿਲੀ ਅੰਦਰੋਂ ਜਿਹਦੇ ਨਾਲ ਤਿਆਰ ਕੀਤੀ ਜਾਂਦੀ ਸੀ? ਕਾਫੀ ਕੁਛ ਮਿਲਿਆ ਜੀ, ਉਹ ਜਿਹੜਾ ਹਾਲੀ ਅਸੀਂ ਉਹ ਫਰਦ ਬਣਾ ਰਹੇ ਹਾਂ, ਫਰਦ ਬਣਾਉਣ ਤੋਂ ਬਾਅਦ ਤੁਹਾਨੂੰ ਸਾਰਾ ਦੱਸ ਦਿੱਤਾ ਜੀ। ਮਾਲਕ ਦਾ ਨਾਮ ਕੀ ਇਹਨਾਂ ਦਾ ਜੀ? ਲਵਲੀ ਹੈ ਇਹਦਾ ਮਾਲਕ, ਜਿਹੜਾ ਦੁਕਾਨ ਵਾਲਾ ਲਵਲੀ ਇਹਦਾ ਨਾਮ। ਦੁਕਾਨ ਇਹ ਕੱਪੜਿਆਂ ਦੀ ਹੈ ਸਰ? ਰੈਡੀਮੇਡ ਕੱਪੜੇ ਦੀ ਦੁਕਾਨ ਆ, ਮਗਲੇ ਬੰਨੇ ਇਹਨਾਂ ਦਾ ਰੈਜੀਡੈਂਸ ਹੈ। ਇਹ ਦੱਸਦੇ ਪਹਿਲਾਂ ਠੇਕੇਦਾਰ ਦਾ ਕੰਮ ਕਰਦੇ ਸੀ? ਨਹੀਂ, ਜਿਹੜਾ ਠੇਕੇਦਾਰ ਸੀ ਉਹ ਗੁਰਕੀਰਤਨ ਸੀ ਸ਼ਾਇਦ ਜੀ, ਉਹਦੇ ਬਾਰੇ ਵੀ ਅਸੀਂ ਰਾਏ ਲੈ ਰਹੇ ਹਾਂ। ਜੇ ਕੋਈ ਉਹਦਾ ਵਿੱਚ ਕੋਈ ਕੁਛ ਜਿਹੜਾ ਵੀ ਜਿਹੜਾ ਦੁਕਾਨ ਦਾ ਜਾਂ ਘਰ ਦਾ ਮਾਲਕ ਹੋਇਆ ਉੱਥੇ ਜੋ ਬਣਦੀ ਉਹਦੀ ਕਾਨੂੰਨੀ ਕਰ ਰਹੀ। ਸਰ, ਪੁਲਿਸ ਕਿਹੜੇ ਕਿਹੜੇ ਪਹਿਲੂ 'ਤੇ ਜਾਂਚ ਕਰ ਰਹੀ ਸਰ? ਪੁਲਿਸ ਹਰੇਕ ਤਰੀਕੇ ਨਾਲ ਜਾਂਚ ਕਰ ਰਹੀ ਹੈ ਵੀ ਇਹ ਦਾਰੂ ਆਈ ਕਿੱਥੋਂ, ਜੇ ਆਈ ਹੈ ਅਤੇ ਬਣਾਉਂਦੇ ਆ ਅਤੇ ਜਾਂ ਕੀ ਕਰਦੇ ਆ ਕਿੱਥੋਂ, ਉਹ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਜਿਹੜਾ ਹੈ ਜੋ ਯੋਗ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ। ਇਹ ਸਰ ਘਰ ਵਿੱਚ ਹੀ ਤਿਆਰ ਕੀਤੀ ਜਾ ਰਹੀ ਸੀ ਅੰਦਰ ਹੀ? ਜੋ ਵੇਖਣ ਤੋਂ ਫਸਟ ਹੈਂਡ ਤੋਂ ਇਹੀ ਲੱਗਦਾ ਵੀ ਘਰ 'ਚ ਹੀ ਇਹ ਤਿਆਰ ਕਰ ਰਿਹਾ, ਜਿਹੜੀ ਮਾੜੀ ਬ੍ਰਾਂਡਾਂ ਨੂੰ ਚੰਗੇ ਬ੍ਰਾਂਡਾਂ 'ਚ ਕਨਵਰਟ ਕਰ ਰਹੇ ਨੇ। ਫਰਦਰ ਕੀ ਕਾਰਵਾਈ ਕੀਤੀ ਗਈ? ਫਰਦਰ ਪਰਚਾ ਦਰਜ ਕਰ ਰਹੇ ਹਾਂ ਜੀ, ਐਕਸਾਈਜ਼ ਡਿਪਾਰਟਮੈਂਟ ਵੱਲੋਂ ਲਿਖ ਕੇ ਦੇ ਰਹੇ ਸਾਨੂੰ ਅਤੇ ਜੋ ਬਣਦੀ ਉਹ ਕਾਰਵਾਈ ਕੀਤੀ। ਓਕੇ, ਥੈਂਕ ਯੂ ਸਰ।
ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।